ਦੀ ਸਰਕਾਰ ਦੇ ਕਾਲੇ ਕਾਨੂੰਨ ਦਾ ਅਸੀਂ ਵਿਰੋਧ ਕਰਨ ਵਾਸਤੇ ਲੋਕਾਂ ਨੂੰ ਜਾਣੂ ਕਰਾਉਣ ਵਾਸਤੇ ਜਿਹੜਾ ਕਾਲਾ ਕਾਨੂੰਨ ਲੈ ਕੇ ਆਇਆ ਕਿਸਾਨ ਦੀ ਤਾਲਾਬੰਦੀ ਕਰਨ ਦੀ ਸਾਜਿਸ਼ ਹੈ ਮੋਦੀ ਸਾਹਿਬ ਦੀ ਸਰਕਾਰ ਦੀ। ਕਿਸਾਨ ਨੂੰ ਸ਼ਾਬਾਸ਼ ਦੇਣ ਦੀ ਬਜਾਏ ਕਿਸਾਨ ਦਾ ਗਲਾ ਸਹੂਕਾਰਾਂ ਦੇ ਹੱਥ ਫੜਾਉਣ ਦਾ ਪ੍ਰਯਾਸ ਮੋਦੀ ਸਾਹਿਬ ਦੀ ਸਰਕਾਰ ਨੇ ਕੀਤਾ। ਅਸੀਂ ਪਿੰਡਾਂ ਦੇ ਸੱਥਾਂ ਦੇ ਵਿੱਚ ਜਾ ਕੇ ਪਿੰਡਾਂ ਦੇ ਨਾਲ ਸਾਡੇ ਕਿਸਾਨਾਂ ਦੇ ਨਾਲ ਇਹ ਸਾਰੀ ਜਾਣਕਾਰੀ ਨੂੰ ਜਿਹੜੇ ਤਿੰਨ ਆਰਡੀਨੈਂਸ ਕਾਲੇ ਕਾਨੂੰਨ ਰਾਤ ਦੇ ਅੰਧੇਰੇ 'ਚ ਲੈ ਕੇ ਆਏ ਹੈ। ਕੋਈ ਐਡੀ ਕਾਲ ਹੈ ਨਹੀਂ ਸੀ ਜੇ 6 ਸਾਲ ਇਹਨਾਂ ਨੇ ਇੰਤਜ਼ਾਰ ਕੀਤਾ, ਪਾਰਲੀਮੈਂਟ ਮਿਲ ਜਾਂਦੀ, ਕੋਰੋਨਾ ਖਤਮ ਹੋ ਜਾਂਦਾ, ਸਾਰੀ ਪਾਰਟੀਆਂ ਆਪਣਾ ਪੱਖ ਦੇ ਸਾਹਮਣੇ ਰੱਖਦੀ, ਕਿਸਾਨ ਜਥੇਬੰਦੀਆਂ ਆਪਣੇ ਪੱਖ ਸਰਕਾਰ ਦੇ ਸਾਹਮਣੇ ਰੱਖਦੀ, ਉਹਦੇ ਬਾਅਦ ਕੋਈ ਫੈਸਲਾ ਲੈਣਾ ਸੀ। ਪਰ ਸਾਹੂਕਾਰਾਂ ਨੂੰ ਫਾਇਦਾ ਦੇਣ ਵਾਸਤੇ ਕਿਸਾਨ ਦੀ ਬਲੀ ਦਿੱਤੀ ਜਾ ਰਹੀ ਹੈ, ਉਹਨੂੰ ਲੈ ਕੇ ਅਸੀਂ ਸੱਥਾਂ ਦੇ ਵਿੱਚ ਪਿੰਡਾਂ ਦੇ ਕਿਸਾਨਾਂ ਦੇ ਵਿੱਚ ਜਾ ਕੇ ਖੁੰਡ ਚਰਚਾ ਉਹਨਾਂ ਨਾਲ ਚਾਲੂ ਕਰਵਾਉਣੀ ਚਾਹਾਂਗੇ, ਉਹਨਾਂ ਦੇ ਸਾਹਮਣੇ ਰੱਖਾਂਗੇ, ਉਹਨਾਂ ਨਾਲ ਚਰਚਾ ਕਰਾਂਗੇ। ਫੈਸਲਾ ਕਿਸਾਨ ਖੁਦ ਕਰੂਗਾ। ਮੇਰਾ ਮੰਨਣਾ ਕਿਸਾਨ ਸਾਡੇ ਸਾਰਿਆਂ ਨਾਲੋਂ ਜ਼ਿਆਦਾ ਸਿਆਣਾ, ਉਹਨੂੰ ਕਹਿਰਾਂ ਜੇ ਉੱਥੇ ਚਰਚਾ ਦੇ ਵਿੱਚ ਸਾਰੀ ਗੱਲ ਸਮਝ ਆ ਗਈ ਉਹ ਆਪਣੇ ਆਪ ਫੈਸਲਾ ਲੈਣਗੇ। ਪਰ ਆਹ ਤੁਸੀਂ ਦੇਖੋ ਵੀ ਅੱਜ ਸਾਰਾ ਪੰਜਾਬ ਸਿਰਫ ਇੱਕ ਵਿਅਕਤੀ ਵਿਸ਼ੇਸ਼ ਨੂੰ ਛੱਡ ਕੇ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਛੱਡ ਕੇ ਸਾਰੇ ਇਸ ਕਾਲੇ ਕਾਨੂੰਨ ਦੇ ਖਿਲਾਫ਼ ਹੈ। ਖੁਦ ਅਕਾਲੀ ਦਲ ਦੇ ਅੰਦਰ ਇਸ ਕਿਸਮ ਦੀਆਂ ਆਵਾਜ਼ਾਂ ਉੱਠ ਰਹੀਆਂ ਵੀ ਪੰਜਾਬ ਦੇ ਹੱਕਾਂ ਦੇ ਉੱਤੇ, ਪੰਜਾਬ ਦੇ ਤਾਕਤਾਂ ਦੇ ਉੱਤੇ, ਇਸ ਫੈਡਰਲ ਜਿਹੜਾ ਸਾਡਾ ਸਟਰਕਚਰ ਹੈ, ਸੰਘਵਾਦੀ ਢਾਂਚਾ, ਉਹਦੇ ਉੱਤੇ ਹਮਲਾ ਕੀਤਾ ਜਾ ਰਿਹਾ, ਪੰਜਾਬ ਦੇ ਉੱਤੇ ਕੇਂਦਰ ਸਰਕਾਰ ਆਪਣਾ ਆਰਡਰ ਥੋਪ ਰਹੀ ਹੈ, ਇਹਨੂੰ ਲੈ ਕੇ ਅਕਾਲੀ ਦਲ ਦੇ ਅੰਦਰ ਵੀ ਆਵਾਜ਼ਾਂ ਉੱਠ ਰਹੀਆਂ, ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਸਾਰੀਆਂ ਸਾਹਮਣੇ ਆਉਣਗੀਆਂ। ਪਰ ਅੱਜ ਕਿਸਾਨ ਦਾ ਪੱਖ ਲੋਕਾਂ ਦੇ ਵਿੱਚ ਜਾ ਕੇ ਰੱਖਾਂਗੇ, ਫੈਸਲਾ ਕਿਸਾਨ ਕਰੂਗਾ। ਜਨ ਅੰਦੋਲਨ ਇਸ ਕਰਕੇ ਕਿਹਾ ਵੀ ਇਹਦੇ ਨਾਲ ਇਕੱਲਾ ਕਿਸਾਨ ਨਹੀਂ, ਜਦੋਂ ਕਿਸਾਨ ਦੀ ਹੋਂਦ ਖਤਰੇ 'ਚ ਹੈ ਤਾਂ ਮੈਂ ਸਮਝਦਾ ਪੰਜਾਬ ਦੀ ਹੋਂਦ ਖਤਰੇ 'ਚ ਹੈ। ਨਾ ਸਿਰਫ ਆੜ੍ਹਤੀ ਇਹਦੇ ਨਾਲ ਮਾਰੇ ਜਾਣਗੇ, ਜਦੋਂ ਸਾਹੂਕਾਰਾਂ ਦੇ ਵਾਹ ਪੈ ਗਿਆ ਕਿਸਾਨ, ਅਤੇ ਆੜ੍ਹਤੀ ਵੀ ਬਚਣੇ ਨਹੀਂ ਜਿਹੜੇ ਅੱਜ 2.5% ਆੜ੍ਹਤ ਲਈ ਜਾਂਦੇ ਹੈ। ਅਡਾਨੀਆਂ ਇਹ ਵੱਡੇ ਸਾਹੂਕਾਰਾਂ ਨੇ, ਇਹਨਾਂ ਨੂੰ ਦਵਾਨੀ ਨਹੀਂ ਦੇਣੀ, 0.5% 'ਤੇ ਲੈ ਕੇ ਆਉਣਗੇ। ਟਰਾਂਸਪੋਰਟ ਮਾਰੇ ਜਾਣਗੇ, ਟਰਾਂਸਪੋਰਟਰ ਸਾਰੇ ਇਹਦੇ ਵਿੱਚ ਹੋਣਗੇ। ਕਿਸਾਨ ਦੀ ਜੇਬ 'ਚ ਜਦੋਂ ਪੈਸਾ ਨਹੀਂ ਆਇਆ ਤਾਂ ਸ਼ਹਿਰਾਂ ਦੀ ਜਿਹੜੀ ਇਕੋਨਮੀ ਹੈ, ਸ਼ਹਿਰਾਂ ਦੇ ਵਿੱਚ ਜਿਹੜਾ ਮਾਲ ਵਿਕਦਾ, ਸ਼ਹਿਰਾਂ ਦੀ ਦੁਕਾਨਦਾਰ ਹੈ, ਉਹ ਇਹਦੇ ਨਾਲ ਪ੍ਰਭਾਵਿਤ ਹੋਣਗੇ, ਪੰਜਾਬ ਪ੍ਰਭਾਵਿਤ ਹੋਊਗਾ, ਪੰਜਾਬ ਸਰਕਾਰ ਦਾ ਜਿਹੜਾ ਸਾਨੂੰ ਆਮਦਨ ਹੁੰਦੀ ਹੈ, ਜਿਹੜਾ ਰੈਵਨਿਊ ਹੈ, ਉਹ ਪ੍ਰਾਈਵੇਟ ਮੰਡੀਆਂ ਦੇ ਨਾਲ ਅਗਰ FCI ਕਿਸ਼ਤਾਂ ਦੇ ਅੰਦਰ ਇਹਨੂੰ ਬੰਦ ਕਰਦੀ ਹੈ, ਜਿਹੜਾ ਸਾਡਾ ਸਾਨੂੰ ਰੂਰਲ ਡਿਵੈਲਪਮੈਂਟ ਟੈਕਸ ਹੈ, ਮੰਡੀ ਟੈਕਸ ਹੈ, ਆੜ੍ਹਤ ਹੈ ਜਿਹੜੀ, ਉਹ ਸਾਰੀ ਦੀ ਸਾਰੀ ਬੰਦ ਹੋ ਜੂਗੀ। ਨਾ ਪਿੰਡਾਂ ਦੀ ਡਿਵੈਲਪਮੈਂਟ ਹੋ ਸਕੇਗੀ ਬਿਨਾਂ ਮੰਡੀ ਫੀਸ ਦੇ, ਨਾ ਮੰਡੀਆਂ ਦੀ ਰੱਖ ਰਖਾਵ ਹੋ ਸਕੇਗੀ। ਤਾਂ ਇਹ ਸਾਰੇ ਦਾ ਸਾਰਾ ਪੰਜਾਬ ਅਤੇ ਪੰਜਾਬ ਦੇ ਕਿਸਾਨ ਦੇ ਖਿਲਾਫ਼ ਸਾਜਿਸ਼ ਹੈ, ਇਹਦੇ ਕਰਕੇ ਅਸੀਂ ਲੋਕਾਂ 'ਚ ਵਿਚਰ। ਸਰਪੰਚ ਸਾਹਿਬਾਨ, ਸਾਡੇ ਕਾਂਗਰਸ ਦੇ ਲੀਡਰ ਸਾਹਿਬਾਨ, ਸਾਡੇ ਯੂਥ ਕਾਂਗਰਸ ਦੇ ਸਾਥੀ ਸਾਹਿਬਾਨ, ਕੋਰੋਨਾ ਦੇ ਕਰਕੇ, ਇਸੇ ਕਰਕੇ ਮੋਦੀ ਸਾਹਿਬ ਇਸ ਮਸਲੇ 'ਚ ਆ ਕਾਨੂੰਨ, ਕਾਲਾ ਕਾਨੂੰਨ ਅਧਿਆਦੇਸ਼ ਲੈ ਕੇ ਆਏ ਹੈ। ਪਾਰਲੀਮੈਂਟ 'ਚ ਇੰਤਜ਼ਾਰ ਨਹੀਂ ਕੀਤੀ ਵੀ ਚਰਚਾ ਨਾ ਹੋਵੇ, ਅਸੀਂ ਉਹਨਾਂ ਰੂਲਸ ਐਂਡ ਰੈਗੂਲੇਸ਼ਨ ਰਿਸਟ੍ਰਿਕਸ਼ਨ ਦੇ ਮੁਤਾਬਿਕ ਜਿੰਨੇ ਲੋਕ ਇਕੱਠ ਹੋ ਸਕਦੇ ਆ ਪਿੰਡਾਂ ਦੀ ਸੱਥਾਂ ਦੇ ਵਿੱਚ ਜਾ ਕੇ ਚਰਚਾ ਕਰਾਂਗੇ, ਪਰਚੇ ਵੰਡਾਂਗੇ, ਸਾਰੀ ਇਸ ਦੇ ਕਾਲੇ ਕਾਨੂੰਨ ਦੇ ਜਿਹੜੇ ਮਾੜੇ ਦੁਸ਼ਪ੍ਰਭਾਵ ਉਹਨਾਂ ਦੇ ਸਾਹਮਣੇ ਰੱਖਾਂਗੇ, ਉਹਦੇ ਬਾਅਦ ਨਿਚੋੜ ਕਿਸਾਨ ਆਪਣੇ ਆਪ ਕੱਢ ਲੂਗਾ। ਮੈਂ CM ਸਾਹਿਬ ਨੂੰ ਰਿਕੁਐਸਟ ਕਰੂੰਗਾ ਵੀ ਜਿੰਨੀ ਵੀ ਅਫੈਕਟਿਡ ਪਾਰਟੀ ਆ, ਆਲ ਦਾ ਸਟੇਕ ਹੋਲਡਰ ਜਿਹਨੂੰ ਕਹਿੰਦੇ ਹੈ, ਚਾਹੇ ਉਹ ਸੰਸਥਾਵਾਂ ਨੇ, ਕਿਸਾਨੀ ਜਥੇਬੰਦੀਆਂ ਨੇ, ਚਾਹੇ ਆੜ੍ਹਤੀ ਐਸੋਸੀਏਸ਼ਨ ਹੈ, ਚਾਹੇ ਬਾਕੀ ਜਿਹੜੇ ਇਨਵੋਲਵ ਹੈ ਇਹਦੇ ਨਾਲ, ਸਾਰੇ ਲੋਕਾਂ ਨੂੰ, ਕਿਸਾਨਾਂ ਨੂੰ, ਦੂਜੀ ਪਾਰਟੀਆਂ ਨੂੰ, ਸਾਰੇ ਪੋਲੀਟੀਕਲ ਪਾਰਟੀਜ਼ ਨਾਲ ਬੈਠ ਕੇ ਇਹਦੇ ਖਿਲਾਫ਼ ਇੱਕ ਮੁਹਿੰਮ ਚਲਾਵਾਂਗੇ। ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਬਹੁਤ ਸੀਨੀਅਰ ਆਗੂ ਹੈ, ਲੋਕਾਂ ਦੇ ਵਿੱਚ ਉਹਨਾਂ ਦੀ ਫੋਲੋਇੰਗ, ਇਕੱਲੇ ਪੰਜਾਬ 'ਤੇ ਨਹੀਂ, ਇਕੱਲੇ ਹਿੰਦੁਸਤਾਨ ਦੇ ਵਿੱਚ, ਸਾਰੀ ਦੇਸ਼ ਦੁਨੀਆਂ ਦੇ ਅੰਦਰ ਉਹਨਾਂ ਦੀ ਫੋਲੋਇੰਗ ਹੈ, ਅਤੇ ਇਹਨਾਂ ਚਰਚਾਵਾਂ ਦੇ ਉੱਤੇ ਕਿਸੇ ਕਿਸਮ ਦੀ ਟਿੱਪਣੀ ਕਰਨਾ ਮੈਂ ਨਹੀਂ ਸਮਝਿਆ। ਖੁਦ ਦਰਸ਼ਨ ਕੀਤੇ ਜਾ ਰਹੇ, ਥੋੜ੍ਹਾ ਖੁੱਲ੍ਹ ਕੇ ਬੋਲੋ ਤਾਂ ਕਿ ਦਰਸ਼ਕਾਂ ਨੂੰ ਪਤਾ ਲੱਗ ਜੇ ਵੀ ਕਾਲੇ ਜਿਹੜੇ ਨੀਲੇ ਕਾਰਡ ਕੱਟੇ ਬੈਠੇ ਬਾਈ ਚਾਂਸ FCI ਦੇ ਸਾਡੇ ਪੁਰਾਣੇ ਚੇਅਰਮੈਨ ਡਾਕਟਰ ਅਮਰ ਸਿੰਘ ਜੀ ਵੀ ਬੈਠੇ ਆ। ਪਰ ਮੈਂ ਇੱਕ ਗੱਲ ਤੁਹਾਨੂੰ ਦੱਸਾਂ ਸਾਹਿਬ, ਪੰਜਾਬ ਦੇ ਅੰਦਰ ਕੈਪਟਨ ਸਾਹਿਬ ਦੀ ਕਾਂਗਰਸ ਸਰਕਾਰ ਦੀ ਰਹਿਨੁਮਾਈ 'ਚ ਗਰੀਬ ਤਾਂ ਕਿਸੇ ਦਾ ਕਾਰਡ ਰਹਿਣਾ ਨਹੀਂ, ਨਾ ਰਹਿਣ ਦਿੱਤਾ। ਅੱਜ ਕੋਈ ਕਿਸੇ ਦਾ ਰਹਿ ਗਿਆ ਤਾਂ ਇੱਕ ਮੈਂ ਸਮਝਦਾ ਵੀ ਜਿਹੜੇ ਹੈ ਅਕਾਲੀ ਜਥੇਦਾਰਾਂ ਦੇ ਜਿਹੜੇ ਜਮ੍ਹਾਂ ਗਰੀਬ ਹੈ ਵਿਚਾਰੇ, ਕਿਉਂਕਿ ਦੇਖੋ ਮਜੀਠੇ ਹਲਕੇ ਦਾ ਮੈਂ ਤੁਹਾਨੂੰ ਦੱਸਾਂ ਸਾਹਿਬ, ਜਿੱਥੇ ਸਭ ਤੋਂ ਜ਼ਿਆਦਾ ਗਰੀਬ ਪੰਜਾਬ ਦੇ ਅੰਦਰ ਵੱਸਦੇ ਹੈ, 97% ਮਜੀਠੇ ਦੇ ਲੋਕਾਂ ਦੇ ਕਾਰਡ ਬਣੇ ਹੋਏ ਹੈ, ਉਹਦੇ ਨਾਲ ਲੱਗਦਾ ਅਟਾਰੀ ਹੈ,
अटारी सारे रईस है क्योंकि उत्थे कांग्रेस ही एम एल ए सीगे उत्थे अटारी दे अंदर कने 23% 24% सर। देखो लोगों नू गुमराह कर रहे है यह जिहड़े जिस तरह करजे माफ़ी की गल आई कहिंदे जी करजे माफ़ नहीं हो रहे, सब तो बेचारा गरीब सीगा कोलियां वाली 2 करोड़ रुपया करजा जिहड़ा बंदा लई बैठा होवे कहिंदा साडा करजा माफ़ नहीं किया। उस तरह ही मैं रिक्वेस्ट करूँगा आशु जी नू मुख्यमंत्री साहब नू गरीब का किसी का कट्टन नहीं देना साहब, ना ही कट्टिया अमीर का जिहड़ा जिहड़े इस किस्म के लोग है जिहड़े लैके चले गए जिहड़े लोगों गरीबों के हितों पर जिन्होंने कांड किया वह अपराध नहीं, वह पाप है। गरीब का ढिड जिन्हें कट्टिया उन्होंने बख्शो ना साहब, वो के खिलाफ़ केस भी बनाओ। जिन्हें जिहड़े जत्थेदार ने है कह के बनाए 97% लंबी के अंदर किन्ना 80% 75% लंबी के अंदर आ देखो लोगों नाल धक्का किया इन्होंने, गरीबों का हक मारे। अज जिहड़े मियाँ मिठू बनते फिरते है ना सारे दे लोगों के सामने खरडे सामने आणगे, पर मैं यकीन दवाना चाहना थोनों सारिआं नूं किसे गरीब का किसे का जिहदा हक उन्हूं रहन नहीं दिता जाऊगा, सारे दे कार्ड बनणगे ते स्मार्ट कार्ड बड़े छेती इशू हो जाणगे ताकि इहदे विच जिहड़े कपलेबाजी अगर किते हो रही है वह भी खत्म की जाए। अन्न मारन दिया किसान की आमदन वधाउण की तैयारी है मोदी साहब ने, देख लो जिस तरह 16 रुपये के उत्ते टैक्स वधाता किसान के उत्ते बोझ पा रहे है। अगर आई पेट्रोल डीजल टाई 34 रुपये 35 रुपये तुम उन्होंने अगर पुराने रिकॉर्डिंग कढ़ के देखो इन्होंने जोड़े लॉ मिनिस्टर साहब है इन्हें उदों की बोलते सी अज की बोलते हैं, सिर्फ साहूकारा की क्योंकि जिन्हें रिफाइनरीज है जिहड़ी वड्डी कंपनीज़ ऑयल डील कर रही है उन्होंने सिर्फ उन्हों का भला दिखता है, कारपोरेट हाउसिस का भला करने वास्ते। गरीब तो खास तौर पर अज किसान जो झोना लाने की तैयारी के है जो डीजल तो पेट्रोल के जोड़े भाव दाए जा रहे हैं वो लोगों की कमर तोड़न का प्रयास मोदी साहब की सरकार कर रही है सर। थैंक यू, दाद देना मैं बधाई देना कैप्टन साहब ने, उन्होंने एक फौजी की तरह गल करके जिथे ना फौज का हौसला बधाया सिर्फ बल्कि उन्होंने देश का हौसला बुलंद किया है क्योंकि फौजा साड़िया डांगा ना लड़न नहीं बनिया, फौजा देश की सरहदा की सुरक्षा वास्ते जेडे साजो समान हथियार लैस किए गए है वो अपनी कमजोरियां छुपाने वास्ते 56 इंच चौड़ी छाती जी है वह चीनिया के सामने मैं पर अज देश इस मौके पर यह गल ना करके असी कैप्टन साहब ने भी किया असी अपने आर्म्ड फोर्सेस दे नाल खड़ा है, सारा मुल्क सारी पार्टीज नाल खड़ी है ते देश एकजुट है।